ਹੋ ਕਿ ਐਸਆਈਟੀ ਵੱਲੋਂ ਐਲਕੇ ਯਾਦਵ ਦੀ ਐਸਆਈਟੀ ਵੱਲੋਂ ਜਿਹੜਾ ਕਿ ਪੁੱਛਗਿੱਛ ਕੀਤੀ ਗਈ ਸੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਤਾਂ 3 ਘੰਟੇ ਉਹ ਪੁੱਛਗਿੱਛ ਚੱਲੀ ਤੇ ਉਸ ਤੋਂ ਬਾਅਦ ਜਿਹੜੇ ਕਿ ਟੀਮ ਹੁਣ ਬਾਹਰ ਨਿਕਲ ਰਹੀ ਹੈ ਤੁਸੀਂ ਦੇਖ ਸਕਦੇ ਹੋ ਕਿ ਕੋਟਕਪੂਰਾ ਗੋਲੀਕਾਂਡ ਨੂੰ ਲੈ ਕੇ ਜਿਸ ਤਰੀਕੇ ਦੇ ਨਾਲ ਅੱਜ ਜੋ ਪੁੱਛਗਿੱਛ ਕੀਤੀ ਗਈ ਪ੍ਰਕਾਸ਼ ਸਿੰਘ ਬਾਦਲ ਵੱਲੋਂ ਜਿਹੜੀ ਪੁੱਛਗਿੱਛ ਕੀਤੀ ਗਈ ਹੈ ਐਸਆਈਟੀ ਵੱਲੋਂ ਤੇ ਉਸ ਨੂੰ ਲੈ ਕੇ ਜਿਹੜਾ ਕਿ 3 ਘੰਟੇ ਉਹ ਪੁੱਛਗਿੱਛ ਚੱਲੀ ਸਵਾਲਾਂ ਦੀ ਝੜੀ ਲੱਗੀ ਪ੍ਰਕਾਸ਼ ਸਿੰਘ ਬਾਦਲ ਦੇ ਸਾਹਮਣੇ ਕਿ ਜਿਹੜੇ ਆਰਡਰ ਸੀ ਗੋਲੀ ਨੂੰ ਲੈ ਕੇ ਉਹ ਕਿਸ ਵੱਲੋਂ ਦਿੱਤੇ ਗਏ ਇਹ ਨਿੱਜੀ ਰਿਹਾਇਸ਼ ਹੈ ਪ੍ਰਕਾਸ਼ ਸਿੰਘ ਬਾਦਲ ਦੀ 9 ਸੈਕਟਰ ਦੇ ਵਿੱਚ ਉੱਥੇ ਜਿਹੜੀ ਕਿ ਪੁੱਛਗਿੱਛ ਕੀਤੀ ਗਈ 2015 ਦਾ ਮਾਮਲਾ ਹਾਲਾਂਕਿ ਕੋਟਪੂਰਾ ਗੋਲੀਕਾਂਡ ਦੀ ਗੱਲ ਕਰ ਲਈਏ ਤਾਂ ਉਸ ਮਾਮਲੇ ਨੂੰ ਲੈ ਕੇ ਜ਼ਰੂਰ ਜਿਹੜਾ ਕਿ ਸਿਆਸਤ ਹੁੰਦੀ ਨਜ਼ਰ ਆਈ ਵੱਖ-ਵੱਖ ਸਰਕਾਰਾਂ ਦੀ ਗੱਲ ਕਰ ਲਈਏ ਵੱਖ-ਵੱਖ ਸਮਿਆਂ ਦੇ ਉੱਤੇ ਸਿਆਸਤ ਕਰਦੇ ਨਜ਼ਰ ਆਏ ਇਨਸਾਫ ਦੇਣ ਦੀਆਂ ਗੱਲਾਂ ਕਰਦੇ ਨਜ਼ਰ ਆਏ ਲੇਕਿਨ ਇਨਸਾਫ ਜਿਹੜਾ ਕਿ ਕਿਸੇ ਵੀ ਤਰ੍ਹਾਂ ਦਾ ਹਜੇ ਤੱਕ ਮਿਲਿਆ ਨਹੀਂ ਹਾਲਾਂਕਿ ਕਦੇ ਇਨਸਾਫ ਮੋਰਚੇ ਲੱਗਦੇ ਨੇ ਵੱਖ-ਵੱਖ ਸਮਿਆਂ ਤੇ ਬਰਗਾੜੀ ਵਿਖੇ ਇਨਸਾਫ ਮੋਰਚੇ ਲੱਗੇ ਤੇ ਉਸ ਨੂੰ ਲੈ ਕੇ ਵੀ ਜਿਹੜਾ ਕਿ ਜ਼ਰੂਰ ਸਵਾਲ ਵੱਡੇ ਖੜੇ ਹੁੰਦੇ ਸੀ ਹਾਲਾਂਕਿ ਹੁਣ ਦੇਖਣਾ ਇਹ ਹੈ ਕਿ ਇਸ ਸਰਕਾਰ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿੱਚ ਇਸ ਪੁੱਛਗਿੱਛ ਦੌਰਾਨ ਕੀ ਕੋਈ ਠੋਸ ਨਤੀਜਾ ਨਿਕਲੇਗਾ ਕੀ ਕੋਈ ਅਜਿਹੀ ਚੀਜ਼ ਕੁਝ ਨਵਾਂ ਇਸ ਮੋੜ ਇਸ ਮਾਮਲੇ ਵਿੱਚ ਆਵੇਗਾ ਕਿਉਂਕਿ ਜਦੋਂ ਅਸੀਂ ਹੁਕਮ ਦੀ ਗੱਲ ਕਰਦੇ ਹਾਂ ਕਿ ਆਰਡਰ ਕਿਸ ਨੂੰ ਦਿੱਤੇ ਗਏ ਤਾਂ ਉਸ ਨੂੰ ਲੈ ਕੇ ਜ਼ਰੂਰ ਇੱਕ 605 ਬਣਿਆ ਰਹਿੰਦਾ ਆ ਕਿ ਹੁਕਮ ਐਸਡੀਐਮ ਵੱਲੋਂ ਦਿੱਤੇ ਗਏ ਹਾਲਾਂਕਿ ਜਦੋਂ ਮਨਤਾਰ ਸਿੰਘ ਬਰਾੜ ਦੀ ਲਗਾਤਾਰ ਡੀਜੀਪੀ ਪੰਜਾਬ ਤੇ ਮੁੱਖ ਮੰਤਰੀ ਤਤਕਾਲੀ ਮੁੱਖ ਮੰਤਰੀ ਪੰਜਾਬ ਦੇ ਨਾਲ ਉਸ ਸਮੇਂ ਦੇ ਮੁੱਖ ਮੰਤਰੀ ਸਾਬਕਾ ਜੋ ਇਸ ਵਕਤ ਨੇ ਪ੍ਰਕਾਸ਼ ਸਿੰਘ ਬਾਦਲ ਦੇ ਨਾਲ ਗੱਲਬਾਤ ਹੁੰਦੀ ਰਹੀ ਸੁਖਬੀਰ ਸਿੰਘ ਬਾਦਲ ਨਾਲ ਗੱਲਬਾਤ ਹੁੰਦੀ ਰਹੀ ਹੈ ਤਾਂ ਉਹ ਸਾਰੇ ਸਵਾਲਾਂ ਨੂੰ ਲੈ ਕੇ ਪ੍ਰਕਾਸ਼ ਸਿੰਘ ਬਾਦਲ ਜਾਂ ਉਦੋਂ ਦੀ ਅਕਾਲੀ ਦਲ ਦੀ ਸਰਕਾਰ ਸਵਾਲਾਂ ਦੇ ਘੇਰੇ ਦੇ ਵਿੱਚ ਹੈ ਕਿ ਜੇ ਗੋਲੀ ਚੱਲੀ ਹੈ ਤਾਂ ਕਿਸ ਦੇ ਵੱਲੋਂ ਹੁਕਮ ਜਾਰੀ ਕੀਤੇ ਗਏ ਹਾਲਾਂਕਿ ਇਸ ਕੋਟਕਪੂਰਾ ਗੋਲੀਕਾਂਡ ਦੇ ਦੌਰਾਨ ਜਿਹੜਾ ਕਿ ਉੱਥੇ ਧਰਨਾ ਦੇ ਰਹੇ ਸੀ ਪ੍ਰਦਰਸ਼ਨਕਾਰੀ ਸੀ ਉਹ ਜ਼ਖਮੀ ਜ਼ਰੂਰ ਹੋਏ ਨੇ ਤਾਂ ਉਸ ਨੂੰ ਲੈ ਕੇ ਜ਼ਰੂਰ ਇੱਕ 605 ਬਣਿਆ ਰਹੇ ਆ ਕਿ ਜਿਹੜੇ ਗੋਲੀ ਚੱਲੀ ਆ ਉਹ ਕਿਸ ਵੱਲੋਂ ਆਰਡਰ ਦਿੱਤੇ ਗਏ ਹਾਲਾਂਕਿ ਜਦੋਂ ਅਸੀਂ ਕੁਲਦੀਪ ਸਿੰਘ ਢਾਲੀਵਾਲ ਦੀ ਗੱਲ ਕਰਦੇ ਹਾਂ ਖੇਤੀਬਾੜੀ ਮੰਤਰੀ ਦੀ ਤਾਂ ਉਹ ਕਹਿੰਦੇ ਨੇ ਕਿ ਚੰਡੀਗੜ੍ਹ ਹੁਕਮ ਗਏ ਸੀ ਸਰਕਾਰ ਵੱਲੋਂ ਹੁਕਮ ਗਏ ਸੀ ਤਾਂ ਉਸ ਨੂੰ ਲੈ ਕੇ ਜ਼ਰੂਰ ਇੱਕ ਜਿਹੜਾ ਕਿ ਹੁਣ ਇਨਸਾਫ ਦੇਣ ਦੀਆਂ ਗੱਲਾਂ ਕਰਦੇ ਨੇ ਸਰਕਾਰ ਵੱਲੋਂ ਕਿਹਾ ਜਾਂਦਾ ਹੈ ਕਿ ਇਨਸਾਫ ਆ ਜਿਹੜਾ ਕਿ ਬਹੁਤ ਜਲਦ ਦਿੱਤਾ ਜਾਵੇਗਾ ਹਾਲਾਂਕਿ ਸਰਕਾਰ ਨੂੰ ਵੀ 6 ਮਹੀਨੇ ਹੋ ਚੁੱਕੇ ਨੇ 6 ਮਹੀਨੇ ਤੋਂ ਉੱਪਰ ਦਾ ਸਮਾਂ ਹੋ ਗਿਆ ਲੇਕਿਨ ਇਨਸਾਫ ਅਜੇ ਤੱਕ ਨਹੀਂ ਮਿਲਿਆ ਦੂਜੇ ਪਾਸੇ ਜੋ ਇਨਸਾਫ ਮੋਰਚਾ ਲਾਇਆ ਗਿਆ ਉਸ ਦੇ ਵਿੱਚ ਵੀ ਜਿਹੜਾ ਕਿ 14 ਤਰੀਕ ਨੂੰ ਇੱਕ ਵੱਡਾ ਇਕੱਠ ਬੁਲਾਇਆ ਗਿਆ ਆ ਤੇ 14 ਤਰੀਕ ਨੂੰ ਨਵੀਂ ਕਿਹੜੀ ਕੇਕ ਰਣਨੀਤੀ ਉਲੀਕੀ ਜਾਵੇਗੀ ਹੁਣ ਦੇਖਣਾ ਇਹ ਆ ਸਰਕਾਰ ਤੇ ਕਿਸ ਤਰੀਕੇ ਦਾ ਦਬਾਅ ਬਣਾਇਆ ਜਾਵੇਗਾ ਤੇ ਉਸ ਦੇ ਨਾਲ ਜਿਹੜੀ ਪੁੱਛਗਿੱਛ ਦਾ ਸਿਲਸਿਲਾ ਆ ਹਾਲਾਂਕਿ ਸੁਖਬੀਰ ਸਿੰਘ ਬਾਦਲ ਵੱਲੋਂ ਪਹਿਲਾਂ ਪੁੱਛਗਿੱਛ ਕੀਤੀ ਗਈ ਉਸ ਪੁੱਛਗਿੱਛ ਤੇ ਕੁਮਰ ਵਿਜੇ ਪ੍ਰਤਾਪ ਵਿਧਾਇਕ ਨੇ ਆਮ ਆਦਮੀ ਪਾਰਟੀ ਦੇ ਉਹਨਾਂ ਨੇ ਸਵਾਲ ਚੁੱਕੇ ਕਿ ਪੁੱਛਗਿੱਛ ਦੇ ਵਿੱਚ ਜਿਹੜਾ ਕਿ ਚਾਹ ਪਕੌੜੇ ਖਵਾ ਕੇ ਜਿਹੜਾ ਕਿ ਸੁਖਬੀਰ ਸਿੰਘ ਬਾਦਲ ਨੂੰ ਭੇਜ ਦਿੱਤਾ ਗਿਆ ਐਸਆਈਟੀ ਵੱਲੋਂ ਯਾਨੀ ਕਿ ਸਹੀ ਤਰ੍ਹਾਂ ਦੀ ਭੂਮਿਕਾ ਨਹੀਂ ਨਿਭਾਈ ਜਾ ਰਹੀ ਤੇ ਐਸਆਈਟੀ ਨੂੰ ਲੈ ਕੇ ਵੀ ਸਵਾਲ ਉੱਠ ਰਹੇ ਨੇ ਕਿ ਜਿਹੜੇ ਮੁਖੀ ਬਣਾਏ ਗਏ ਨੇ ਉਹ ਕੈਪਟਨ ਸਰਕਾਰ ਨੇ ਜਿਹੜਾ ਕਿ ਕਿਤੇ ਨਾ ਕਿਤੇ ਅਕਾਲੀਆਂ ਨੂੰ ਫਾਇਦਾ ਦੇਣ ਲਈ ਬਣਾਏ ਗਏ ਨੇ ਹਾਲਾਂਕਿ ਸਭ ਤੋਂ ਜੂਨੀਅਰ ਸੀ ਉਹਨਾਂ ਨੂੰ ਪ੍ਰਮੋਟ ਕਰਕੇ ਮੁਖੀ ਬਣਾਇਆ ਜਾਂਦਾ ਤੇ ਉਹ ਵੀ ਕਿਤੇ ਨਾ ਕਿਤੇ ਸਵਾਲ ਉੱਠਦੇ ਨੇ ਪਰ ਇਹਨਾਂ ਸਾਰੇ ਸਵਾਲਾਂ ਦੇ ਚੱਲਦੇ ਹੋਏ ਜਿਹੜੀ ਕਿ ਐਸਆਈਟੀ ਵੱਲੋਂ ਹੁਣ ਕਾਰਵਾਈ ਕੀਤੀ ਜਾ ਰਹੀ ਹੈ ਬੇਸ਼ੱਕ ਸਰਕਾਰ ਬਦਲੀ ਗਈ ਤਾਂ ਉਸ ਸਰਕਾਰ ਦੇ ਚੱਲਦੇ ਹੋਏ ਹੁਣ ਦੇਖਣਾ ਇਹ ਹੈ ਕਿ ਕਿਸ ਤਰ੍ਹਾਂ ਦੀ ਭੂਮਿਕਾ ਸਾਹਮਣੇ ਆਵੇਗੀ ਐਸਆਈਟੀ ਦੀ ਕੀ ਇਸ ਮਾਮਲੇ ਦੇ ਵਿੱਚ ਕੋਈ ਨਵਾਂ ਜਿਹੜਾ ਕਿ ਅਸੀਂ ਕਹਿ ਸਕਦੇ ਹਾਂ ਕੀ ਕੁਝ ਨਵੀਂ ਚੀਜ਼ ਸਾਹਮਣੇ ਆਵੇਗੀ ਤੇ ਖਾਸ ਤੌਰ ਤੇ ਜਦੋਂ ਅਸੀਂ ਗੱਲ ਕਰਦੇ ਹਾਂ ਕਿ ਐਸਆਈਟੀ ਦਾ ਇਹ ਮਾਮਲਾ ਜਿਹੜਾ ਕਿ ਜੋ ਕੋਟਕਪੂਰਾ ਗੋਲੀਕਾਂਡ ਦਾ ਮਾਮਲਾ ਆ ਕੀ ਉਹਦੇ ਵਿੱਚ ਇਨਸਾਫ ਦੀ ਜੋ ਮੰਗ ਕੀਤੀ ਜਾ ਰਹੀ ਹੈ ਇਨਸਾਫ ਦੀ ਜੋ ਗੁਹਾਰ ਲਾਈ ਜਾਂਦੀ ਹੈ ਕੀ ਇਨਸਾਫ ਮਿਲੇਗਾ ਇਹ ਬਹੁਤ ਸਾਰੇ ਸਵਾਲ ਨੇ ਇਸ ਵਕਤ ਜੋ ਇਨਸਾਫ ਨੂੰ ਲੈ ਕੇ ਖੜੇ ਹੁੰਦੇ ਨੇ ਤਾਂ ਇਹ ਤਸਵੀਰਾਂ ਤੁਸੀਂ 9 ਸੈਕਟਰ ਤੋਂ ਪ੍ਰਕਾਸ਼ ਸਿੰਘ ਬਾਦਲ ਦੀ ਨਿੱਜੀ ਰਿਹਾਇਸ਼ ਦੀਆਂ ਦੇਖ ਰਹੇ ਹੋ ਐਸਆਈਟੀ ਵੱਲੋਂ ਇੱਥੇ ਪੁੱਛਗਿੱਛ ਕੀਤੀ ਗਈ ਸੀ ਤਕਰੀਬਨ 3 ਘੰਟੇ ਪੁੱਛਗਿੱਛ ਚੱਲੀ ਹੈ ਤੇ ਸਵਾਲਾਂ ਦੀ ਝੜੀ ਜਿਹੜਾ ਕਿ ਉਸ ਮਾਮਲੇ ਦੇ ਨਾਲ ਜੁੜੇ ਹੋਏ ਸਵਾਲ ਨੇ ਕੋਟਕਪੂਰਾ ਗੋਲੀਕਾਂਡ ਨਾਲ ਜੁੜੇ ਹੋਏ ਸਵਾਲ ਕਿ ਆਰਡਰ ਕਿਸ ਤਰੀਕੇ ਨਾਲ ਦਿੱਤੇ ਗਏ ਕਿੰਨਾਂ ਹਾਲਾਤਾਂ ਵਿੱਚ ਦਿੱਤੇ ਗਏ ਜ਼ਿੰਮੇਵਾਰ ਕੌਣ ਹੈ ਇਸ ਬਹੁਤ ਸਾਰੇ ਸਵਾਲ ਨੇ ਜਿਹੜੀ ਝੜੀ ਜਿਹੜੀ ਲੱਗੀ ਹੈ ਤੇ ਪ੍ਰਕਾਸ਼ ਸਿੰਘ ਬਾਦਲ ਕੋਲੋਂ ਜਵਾਬ ਲੈਣ ਦੀ ਕੋਸ਼ਿਸ਼ ਕੀਤੀ ਗਈ ਹਾਲਾਂਕਿ ਇਹ ਕਿਹਾ ਜਾਂਦਾ ਰਿਹਾ ਬੀਤੇ ਸਮੇਂ ਜਦੋਂ ਉਪ ਮੁੱਖ ਮੰਤਰੀ ਸਾਬਕਾ ਉਪ ਮੁੱਖ ਮੰਤਰੀ ਪੰਜਾਬ ਸੁਖਬੀਰ ਸਿੰਘ ਬਾਦਲ ਕੋਲੋਂ ਪਹਿਲਾਂ ਪੁੱਛਗਿੱਛ ਕੀਤੀ ਤਾਂ ਉਹ ਕਹਿੰਦੇ ਨੇ ਕਿ ਕੁਝ ਨਵਾਂ ਨਹੀਂ ਹੈ ਉਹੀ ਸਵਾਲ ਨੇ ਤੇ ਇਹਦੇ ਵਿੱਚ ਸਿਰਫ ਸਰਕਾਰ ਫਾਰਮੈਲਿਟੀਆਂ ਕਰ ਰਹੀ ਆ ਲੋਕਾਂ ਨੂੰ ਜਿਹੜਾ ਕਿ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਹੀ ਆ ਤਾਂ ਉਹਨਾਂ ਨੇ ਇਸ ਨੂੰ ਸਾਰਾ ਕੁਝ ਸਿਆਸੀ ਬਦਲਾਖੋਰੀ ਦੱਸਿਆ ਹਾਲਾਂਕਿ ਜਾਂਚਾਂ ਹੋ ਚੁੱਕੀਆਂ ਸਮੇਂ-ਸਮੇਂ ਤੇ ਬੇਸ਼ੱਕ ਅਸੀਂ ਕਹਿੰਦੇ ਸਿਆਸੀ ਮੰਚਾਂ ਤੋਂ ਸਿਆਸੀ ਸਟੇਜਾਂ ਤੋਂ ਬਾਦਲ ਪਰਿਵਾਰ ਨੂੰ ਨਿਸ਼ਾਨੇ ਤੇ ਜ਼ਰੂਰ ਲਿਆ ਗਿਆ ਲੇਕਿਨ ਜਦੋਂ ਅਸੀਂ ਕੈਪਟਨ ਅਮਰਿੰਦਰ ਦੀ ਸਰਕਾਰ ਦੀ ਗੱਲ ਕਰਦੇ ਹਾਂ ਤਾਂ ਉਸ ਤੋਂ ਬਾਅਦ ਚਰਨਜੀਤ ਸਿੰਘ ਚੰਨੀ ਦੇ ਸਰਕਾਰ ਦੇ ਕਾਰਜਕਾਲ ਦੀ ਗੱਲ ਕਰਦੇ ਹਾਂ ਤਾਂ ਕਿਸੇ ਤਰ੍ਹਾਂ ਦੀ ਕੋਈ ਕਾਰਵਾਈ ਨਹੀਂ ਹੁੰਦੀ ਹਾਲਾਂਕਿ ਸਵਾਲ ਜ਼ਰੂਰ ਖੜੇ ਹੁੰਦੇ ਨੇ ਕਿ ਖੁਦ ਸਰਕਾਰ ਦੇ ਵਿੱਚ ਜਦੋਂ ਇਹ ਪੂਰਾ ਮਾਮਲਾ ਘਟਨਾਕ੍ਰਮ ਵਾਪਰਦਾ ਹੈ ਤੇ ਉਸ ਤੋਂ ਬਾਅਦ ਕੋਈ ਪੁਖਤਾ ਕਾਰਵਾਈ ਨਹੀਂ ਹੁੰਦੀ ਕਿਸ ਤਰੀਕੇ ਦੇ ਨਾਲ ਪੁਲਿਸ ਅਣਪਛਾਤੀ ਬਣਾਈ ਜਾਂਦੀ ਹੈ ਕਿਸ ਤਰੀਕੇ ਦੇ ਨਾਲ ਸਾਰਾ ਕਿ ਮਾਮਲਾ
ठंडे बस्ते विच पाया जांदा, लेकिन समय समय से सियासी पार्टियां सियासत जरूर करदियां रहियां ने। पर हुण देखना यह है कि जेकर इस आम आदमी पार्टी की सरकार दे विच जिहड़े वड्डे वड्डे दावे किए गए सी कि उह दावियां ते पूरा उतर जाएगा कि जो सिख संगत है जिन्हां नूं इंसाफ की उड़ीक है 7 साल हो चुके हैं कि वह इंसाफ मिलेगा, या फिर जो हुण बरगाड़ी मोर्चा जो लग्या इंसाफ मोर्चा वह एक नवी रणनीति उलीकदा आ, या आने वाले दिनों दे विच इस मुद्दे से सिर्फ सियासत होवेगी ते इसे तरीके दे नाल मसला ठंडे बस्ते पाया जाएगा। मैं सरकार अपने सहयोगी जस्सी दे नाल रोजाना स्पोक्समैन चंडीगढ़।